ਗਰਮਜੀਤ ਸਿੰਘ ਔਜਲਾ ਦੀ ਕਹਾਣੀ ਅੱਟੇ ਦਾ ਅਰਥ ਸ਼ਾਸਤਰ ਸਰਦੇ ਪੁੱਜਦੇ ਘਰਾਂ 'ਚ ਖਬਰਾਂ ਦੇ ਸ਼ੁਰੂ ਹੁੰਦਿਆਂ ਸਾਰੀ ਸਾਰਾ ਟੱਬਰ ਟੀਵੀ ਦੇ ਸਾਹਮਣੇ ਆ ਜੁੜਦਾ ਸੀ ਲੜਾਈ ਚੁੜਦੇ ਜਹਾਜ਼ ਤੇ ਅੱਗੇ ਵੱਧਦੇ ਟੈਂਕ ਟੀਵੀ ਤੇਵੇਂ ਵਿਖਾਏ ਜਾਂਦੇ ਜਿਵੇਂ 올림픽 ਖੇਡਾਂ ਹੁੰਦੀਆਂ ਹੋਣ ਇਹ ਲੜਾਈ ਸਭ ਲਈ ਮਨੋਰੰਜਨ ਦਾ ਇੱਕ ਅਨੋਖਾ ਤੇ ਰੋਚਕ ਸਾਧਨ ਬਣ ਗਿਆ ਸੀ ਸਕੂਲਾਂ 'ਚ ਬੱਚੇ ਟੀਵੀ 'ਤੇ ਵੇਖੇ ਯੁੱਧ ਦੇ ਦ੍ਰਿਸ਼ਾਂ ਦਾ ਬਿਆਨ ਕਰਨ 'ਚ ਇੱਕ ਦੂਜੇ ਨੂੰ maat ਪਾ ਜਾਣ ਦੀ ਹੋੜ ਲਾ ਲੈਂਦੇ। ਉਹਨਾਂ ਨੇ ਕਈ ਜਹਾਜ਼ਾਂ ਤੇ ਟੈਂਕਾਂ ਦੇ ਨਾਂ ਯਾਦ ਕਰ ਲਏ ਸਨ। ਤੀਜੀ ਚੌਥੀ ਦੇ ਵਿਦਿਆਰਥੀਆਂ ਦਾ ਖਾੜੀ 'ਚ ਜੰਗ ਤੋਂ ਪ੍ਰਭਾਵਿਤ ਦੇਸ਼ਾਂ ਸੰਬੰਧੀ ਭੂਗੋਲਕ ਸਥਿਤੀ ਬਾਰੇ ਗਿਆਨ ਹੈਰਾਨੀਜਨਕ ਸੀ। ਸਕੱਡ ਮਿਜਾਈਲ, ਪੈਟਰੀਅਟ ਮਿਜਾਈਲ, B52 ਬੰਬਰ ਵਗੈਰਾ ਦਾ ਪਤਾ ਬੱਚਿਆਂ ਨੂੰ ਐਵੇਂ ਸੀ ਜਿਵੇਂ ਦੀਵਾਲੀ ਦੇ ਪਟਾਕਿਆਂ ਚ ਉਹਨਾਂ ਨੂੰ ਫੁੱਲ ਚੜੇ ਅਨਾਰ ਹਵਾਈ ਤੇ ਸ਼ੁਰਲੀਆਂ ਦਾ ਪਤਾ ਹੁੰਦਾ ਸੀ ਬੱਚਿਆਂ ਨੇ ਸਕੱਡ ਪੈਟਰੀਆਟ ਮਿਜ਼ਾਈਲ ਦੇ ਹਮਲੇ ਦਾ ਦ੍ਰਿਸ਼ ਟੀਵੀ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਦੀਵਾਲੀ ਦੀ ਆਤਿਸ਼ਬਾਜੀ ਵਾਂਗ ਵੇਖਿਆ ਸੀ ਤੇਲ ਦੇ ਸੜਦੇ ਖੂ ਕਾਲਾ ਧੂਆਂ ਟੱਠੀਆਂ ਮਾਰਤਾ ਬੱਚਿਆਂ ਲਈ ਚਿੰਤਾ ਦਾ ਕਾਰਨ ਨਾ ਬਣ ਕੇ ਉਤਸੁਕਤਾ ਤੇ ਗਿਆਨ ਦਾ ਕਾਰਨ ਸੀ ਸਾਡੇ ਗਵੰਡੀ ਨੇ ਇੱਕ ਵਾਰ ਬੜੀ ਖੁਸ਼ੀ ਨਾਲ ਕਿਹਾ ਸੀ ਕਿ ਲੜਾਈ ਦੇ ਦ੍ਰਿਸ਼ ਟੀਵੀ ਤੇ ਵੇਖ ਕੇ ਉਹਨਾਂ ਦੇ ਤੀਜੀ ਚ ਪੜਦੇ ਮੁੰਡੇ ਦੀ ਨੌਲੇਜ ਬਹੁਤ ਵਧ ਗਈ ਸੀ ਤੇ ਉਸੇ ਹੀ ਸੱਜਣ ਦੀ ਪਤਨੀ ਆਪਣੇ ਭਾਰੇ ਸਰੀਰ ਨੂੰ ਮਟਕਾ ਕੇ ਬੌਬ ਵਾਲਾ ਨੂੰ ਚੱਚਕੋਰ ਕੇ ਕਹਿੰਦੀ ਸੀ ਭਰਾ ਜੀ ਵਾਰ ਦੇ ਸੀਨ ਵੇਖ ਕੇ ਤਾਂ ਮਜ਼ਾ ਆ ਜਾਂਦਾ ਹੈ ਵਿਨਾਸ਼ਕਾਰੀ ਲੜਾਈ ਨੂੰ ਤੀਵਾਂ ਦਿਨ ਸੀ ਆਧੁਨਿਕ ਘਰਾਂ ਦੇ ਬੱਚਿਆਂ ਦਾ ਗਿਆਨ ਵੱਧ ਰਿਹਾ ਸੀ ਉਹਨਾਂ ਘਰਾਂ ਦੀਆਂ ਇਸਤਰੀਆਂ ਚੜ੍ਹੀ ਹੋਈ ਚਰਬੀ ਕਾਰਨ ਆਪਣੇ ਭਾਰੇ ਸਰੀਰ ਦੀ ਹੋਣ ਵਾਲੀ ਬੇਡੌਲਤਾ ਨੂੰ ਭੁੱਲ ਬੰਬਾਰੀ ਦੇ ਦ੍ਰਿਸ਼ ਦਿਵਾਲੀ ਵਾਂਗ ਮਾਨ ਰਹੀਆਂ ਸਨ ਸਰਦੇ ਪੁੱਜਦੇ ਘਰਾਂ 'ਚ ਕਿਸੇ ਚੀਜ਼ ਦੀ ਘਾਟ ਨਹੀਂ ਸੀ ਹਾਂ ਕੁਝ ਭਾਅ ਜ਼ਰੂਰ ਮਹਿੰਗੇ ਹੋ ਗਏ ਸਨ ਅੰਡਿਆਂ ਦਾ ਭਾਅ 2 ਰੁਪਏ ਦਰਜਨ ਤੇ ਆਟੇ ਦਾ 2 ਰੁਪਏ ਕਿਲੋ ਵਧ ਗਿਆ ਸੀ ਹੋਰ ਵੀ ਚੀਜ਼ਾਂ ਦੇ ਭਾਅ ਵਧੇ ਸਨ ਘਰ ਦਾ ਖਰਚਾ ਕੋਈ 1000 ਰੁਪਏ ਵਧ ਗਿਆ ਸੀ ਅੱਟੇ ਦੇ ਬਜਟ 'ਚ ਮਸਾ 60-70 ਰੁਪਏ ਦਾ ਹੀ ਫਰਕ ਪਿਆ ਸੀ ਕਿਸੇ ਨੂੰ ਚਿੰਤਾ ਨਹੀਂ ਸੀ ਲੜਾਈ ਦੇ ਦ੍ਰਿਸ਼ ਵਧੀਆ ਮਨੋਰੰਜਨ ਸੀ ਮਰ ਰਹੇ ਲੋਕ ਇੱਕ ਗਿਣਤੀ ਹੀ ਸੀ ਲੜਾਈ 'ਚ ਵਰਦੇ ਬੰਬਾਂ ਨਾਲ ਲੋਕਾਂ ਮਰਨਾ ਤਾਂ ਹੈ ਹੀ ਸੀ ਇਹ ਕਿਹੜੀ ਅਲੋਕਾਰ ਗੱਲ ਹੋਈ ਕੋਈ ਭੁਗਤ ਰਿਆ ਤੇ ਕੋਈ ਦਰਸ਼ਕ ਬਣਿਆ ਆਪੋ ਆਪਣੀ ਸਥਿਤੀ ਹੈ ਉਸ ਅਨੁਸਾਰ ਦੁੱਖ ਜਾਂ ਆਨੰਦ ਲੜਾਈ ਅੱਗੇ ਹੀ ਵਧਦੀ ਜਾ ਰਹੀ ਸੀ ਸਦਾਮ ਨੂੰ ਕਈ ਤੇ ਬਹਾਦਰ ਕਹਿੰਦੇ ਸਨ ਖਬਰੇ ਕੀ ਬਹਾਦਰੀ ਸੀ 24 ਦੇਸ਼ਾਂ ਦੀ ਮਾਰੂ ਫੌਜਾਂ ਤੋਂ ਆਪਣੇ ਦੇਸ਼ ਦੇ ਲੋਕ ਮਰਵਾਈ ਜਾ ਰਹੇ ਸੀ ਤੇ ਕਹੀ ਜਾਂਦਾ ਸੀ ਅੱਲਾ ਉਹਨਾਂ ਵੱਲ ਹੈ ਕਿ ਮਰਨ ਵਾਲਿਆਂ ਦੀ ਮੌਤ ਅੱਲਾ ਵੱਲੋਂ ਜੰਨਤ ਲਈ ਸਦਾ ਪੱਤਰ ਸੀ ਤੇ ਪਿੱਛੇ ਬਿਲਕੁਲ ਤੜਪਨ ਤੇ ਤੜਪਦੇ ਨਿਆਣੇ ਤੇ ਬੱਚੇ ਅੱਲਾ ਦੀ ਕਿਸੇ ਕਿਰੂਪੀ ਦੇ ਭਾਗੀ ਸਨ ਮੇਰੇ ਬੱਚੇ ਨੂੰ ਸਕੂਲੇ ਪਹੁੰਚਾਉਣ ਵਾਲਾ ਰਿਕਸ਼ੇ ਵਾਲਾ ਕਦੇ-ਕਦੇ ਮੇਰੇ ਨਾਲ ਗੱਲਾਂ ਕਰ ਲੈਂਦਾ ਹੁੰਦਾ ਸੀ ਮੈਂ ਆਪਣੀ ਆਦਤ ਅਨੁਸਾਰ ਉਹਦੀ ਆਮਦਨ ਤੇ ਖਰਚਾ ਪੁੱਛਦਾ ਉਹਦਾ ਜਵਾਬ ਹੁੰਦਾ ਸੀ ਹਰ ਰੋਜ਼ ਆਟਾ ਖਰੀਦ ਕੇ 16 ਰੁਪਏ ਬਚ ਜਾਂਦੇ ਸੀ ਵਿਸ਼ਾਲ ਹਿੰਦੁਸਤਾਨ 'ਚ ਨਿੱਕੇ ਨਿੱਕੇ ਟਿਡ ਵੀ ਕਾਜੀ ਮਸਲਾ ਹੈ ਕਈਆਂ ਲਈ ਢਿੱਡ ਭਰਨਾ ਤੇ ਕਈ ਅਮੀਰਾਂ ਲਈ ਭੁਖਾਨੇ ਵਾਂਗ ਫੁੱਲਦੇ ਜਾ ਰਹੇ ਢਿੱਡ ਨੂੰ ਵਧਣੋਂ ਰੋਕਣਾ ਸਮੱਸਿਆ ਸੀ ਸਾਡੇ ਰਿਕਸ਼ੇ ਵਾਲੇ ਬਿਰਜੂ ਲਈ ਉਹਦੀ ਕਮਾਈ ਦਾ ਸਾਰਾ ਅਰਥ ਸ਼ਾਸਤਰ ਆਟਾ ਖਰੀਦ ਕੇ ਬਚਣ ਵਾਲੇ ਪੈਸਿਆਂ ਦੀ ਹੀ ਗਿਣਤੀ ਸੀ ਇਸ ਮਹੀਨੇ ਉਹ ਆਪਣੇ ਪੈਸੇ ਲੈਣ ਆਇਆ ਫਿਰ ਉਹ ਗੱਲਾਂ ਉਹ ਜਵਾਬ बिरजू ਹੁਣ ਕਮਾਈ ਕਿਵੇਂ ਆ ਮੈਂ ਪੁੱਛਿਆ ਸਾਬ ਆਟਾ ਖਰੀਦ ਕੇ 8 ਰੁਪਏ ਹੀ ਬਚਤੇ ਆ ਹੁਣ ਹੁਣ ਤੋਂ ਦੁਖੀ ਬਿਰਜੂ ਭਈਏ ਦਾ ਇੱਕੇ ਕਲਫ਼ਸ ਦੁੱਖ ਦੀ ਗਾਥਾ ਕਹਿੰਦਾ ਹੈ ਖਾੜੀ ਦੀ ਲੜਾਈ ਦਾ ਨਜ਼ਾਰਾ ਕਿਸੇ ਟੀਵੀ ਜਾਂ ਅਖਬਾਰ 'ਚ ਥਾਂ ਨਹੀਂ ਪਾਉਂਦਾ ਮੈਂ ਸੋਚਣ ਲੱਗ ਪੈਨਾ ਲੜਾਈ ਜਨਵਰੀ 'ਚ ਹੋਈ ਜੱਟਾਂ ਤੋਂ ਪਿਛਲੀ ਫਸਲ ਤੇ ਨਿਸ਼ਚਿਤ ਭਾਅ ਤੇ ਕਣਕ ਸਰਕਾਰ ਨੇ ਖਰੀਦੀ ਸੀ ਪੰਜਾਬ 'ਚ ਨਾ ਬਿਜਲੀ ਤੇ ਨਾ ਹੀ ਤੇਲ ਦੇ ਭਾਅ ਵਦੇ ਕਣਕ ਦਾ ਸਟਾਕ ਅਥਾਸੀ ਪਰ ਬਿਰਜੂ ਦੀ ਰੋਜ਼ਾਨਾ ਕਮਾਈ ਚੋਂ ਆਟਾ ਖਰੀਦ ਕੇ 16 ਦੀ ਥਾਂ 8 ਰੁਪਏ ਕਿਉਂ ਬਚਦੇ ਆ ਕਾਸ਼ ਕੋਈ ਮੈਨੂੰ ਸਮਝਾਉਂਦਾ ਖਾੜੀ ਦੇ ਜੰਗ ਨੇ ਬਿਰਜੂ ਦਾ ਆਟੇ ਤੇ ਆਧਾਰਿਤ ਅਰਥ ਸ਼ਾਸਤਰੀ ਕਿਉਂ ਉਲਝਾ ਕੇ ਰੱਖ ਦਿੱਤਾ ਧੰਨਵਾਦ